ਮਲੋਟ ਤੋਂ ਸ਼੍ਰੀ ਮੁਕਤਸਰ ਸਾਹਿਬ ਸੜਕ ਤੇ ਪਿੰਡ ਔਲਕ ਕੋਲ 11 ਕੇਵੀ ਬਿਜਲੀ ਦੇ ਸਵਿੱਚ ਤੋਂ ਡਿੱਗੀਆਂ ਚਿੰਗਾੜੀਆਂ ਨੇ ਕਿਸਾਨ ਤੋਤਾ ਸਿੰਘ ਅਤੇ ਬੋਹੜ ਸਿੰਘ ਦਾ ਕ੍ਰਮਵਾਰ 7 ਏਕੜ ਅਤੇ 6 ਏਕੜ ਕਣਕ ਦਾ ਰਕਬਾ ਸਾੜ ਕੇ ਸੁਆਹ ਕਰ ਦਿੱਤਾ, ਜਿਸ ਨਾਲ 3 ਏਕੜ ਨਾੜ ਵੀ ਸੜ ਗਈ। ਪਿੰਡ ਔਲਕ ਦੇ ਕਿਸਾਨ ਗੁਰਮੀਤ ਸਿੰਘ ਨੇ ਵੱਟ ਸਾਂਝੀ ਹੋਣ ਕਾਰਨ ਅੱਗ ਦਾ ਫੈਲਾ ਰੋਕਣ ਖਾਤਰ ਆਪਣੀ ਵਢਾਈ ਲਈ ਤਿਆਰ ਕਣਕ ਤਵੀਆਂ ਨਾਲ ਵਾਹ ਦਿੱਤੀ ਅਤੇ ਨਾਲ ਲੱਗਦੀ ਸੈਂਕੜੇ ਏਕੜ ਕਣਕ ਦਾ ਬਚਾਅ ਕੀਤਾ। ਪਿੰਡ ਔਲਕ ਤੋਂ ਪੁੱਜੇ ਸੈਂਕੜੇ ਬਸਿੰਦੇ ਅਤੇ ਫਾਇਰ ਬ੍ਰਿਗੇਡ ਦੇ ਫਾਇਰ ਅਫ਼ਸਰ ਅਤੇ ਡਰਾਈਵਰ ਨੂੰ ਕਾਫ਼ੀ ਜੱਦੋਜਹਿਦ ਮਗਰੋਂ ਅੱਗ ਤੇ ਕਾਬੂ ਪਾਇਆ। ਪੀੜਿਤ ਕਿਸਾਨਾਂ ਨੇ ਇਸ ਨੁਕਸਾਨ ਲਈ ਪਾਵਰਕੌਮ ਨੂੰ ਜ਼ਿੰਮੇਵਾਰ ਦੱਸਦਿਆਂ ਵਿਭਾਗ ਪਾਸੋਂ ਨੁਕਸਾਨ ਦੀ ਭਰਪਾਈ ਦੀ ਮੰਗ ਕੀਤੀ ਹੈ। ਇਹ ਜੀ ਖੰਭੇ ਚੱਲਦੇ ਸੀ, ਲਾਈਟ ਚੱਲਦੀ ਸੀ। ਕਿੰਨੇ ਕੁ ਵਜੇ ਦੀ ਗੱਲ ਹੈ ਜੀ? ਇਹ 1 ਦੂਰ ਹੋਈ। ਤੇ ਕਿੰਨਾ ਕੁ ਨੁਕਸਾਨ ਹੋਇਆ? ਨੁਕਸਾਨ 7-8 ਕਿੱਲੇ ਦਾ ਕਮਾ ਸੀਗਾ, 13-14 ਕਿੱਲੇ ਦਾ। ਤੇ ਤੁਹਾਨੂੰ ਪਤਾ ਕਿਵੇਂ ਲੱਗਿਆ? ਪਤਾ ਉੱਥੋਂ ਕਿਤੇ ਉੱਡੀ ਤਾਂ ਇੱਥੋਂ ਬੰਦਾ ਸੀ ਕਿੰਨਾ ਦਾ, ਉਹ ਧੂੰਆਂ ਨਿਕਲ ਕੇ ਦਾ ਉਹਨੇ ਰੌਲਾ ਪਾਇਆ, ਧੂੰ ਗਿਆ ਰੌਲਾ ਆ ਗਿਆ। ਔਲਖਾਂ ਪਿੰਡ ਤੋਂ ਨਾਲ ਹੀ ਸ਼ਾਇਦ ਰਕਬਾ ਹੈਗਾ ਕਿਰਾਈ ਵਾਲੇ ਦਾ। ਸਾਨੂੰ 12:50 'ਤੇ ਮੈਸੇਜ ਕੀਤੀ ਕਾਲ ਸਾਹਿਬ, ਅਤੇ ਬਸ ਅਸੀਂ ਜਸਟ ਉਸੇ ਵੇਲੇ ਚੱਲ ਪਿਆ ਆ ਕੇ। ਅਸੀਂ ਅੱਗ ਬਹੁਤ ਜ਼ਿਆਦਾ ਸੀ, ਪਰ ਪੂਰਾ ਆਪਣੇ ਤਸ਼ੱਦਦ ਆਪਣੇ ਜ਼ੋਰ ਦਾ ਅਸੀਂ ਜਿਹੜਾ ਫਾਇਰ ਦੇ ਉੱਤੇ ਕੰਟਰੋਲ ਕੀਤਾ। ਕਿੰਨੀ ਲਗਭਗ ਸੀਗਾ ਜੀ ਏਰੀਆ? 15-16 ਏਕੜ ਦਾ ਹੋਊਗਾ, ਬਾਕੀ ਉਹਦੇ ਵਿੱਚ ਕੁਛ ਨਾੜ ਆ ਜਿਹੜਾ